ਗੁੱਡ ਮਾਰਨਿੰਗ ਜੀ ਸਾਰਿਆਂ ਨੂੰ, ਤੇ ਕਿਵੇਂ ਹੋ ਸਾਰੇ? ਉਮੀਦ ਕਰਦੇ ਆ ਵਧੀਆ ਹੋਵੋਗੇ। ਤੇ ਸਵੇਰੇ ਸਵੇਰੇ ਆਪਾਂ ਚੱਲੇ ਆ ਸਮਾਨ ਲੈਣ ਥੋੜਾ ਜਿਹਾ ਬਾਜ਼ਾਰ 'ਚ, ਤੇ ਚੱਲੀਏ ਪਿੱਛੇ ਵੀ ਦੇਖ ਲਈਏ ਕਿਤੇ ਥੱਲੇ ਡਿੱਗ ਪਈਏ ਹੋਰ ਕਿਤੇ ਹੋ ਜੇ, ਹਨਾ? ਤੇ ਚਲੋ ਗੱਡੀ ਬਾਹਰ ਕੱਢ ਲੈਣਾ, ਤੁਹਾਨੂੰ ਫਿਰ ਮਿਲਦਾ ਮੈਂ। ਲਓ ਜੀ, ਹੁਣ ਆਪਾਂ ਗੱਡੀ ਕੱਢ ਲਈ ਬਾਹਰ, ਅਤੇ ਮਾੜਾ ਜਿਹਾ ਪੈਸੇ ਪੂਸੇ ਲਿਆਈਏ ਸਮਾਨ ਲੈਣ ਨੂੰ, ਅਤੇ ਚਲੋ ਫਿਰ ਆਪਾਂ ਤਿਆਰ ਵੀ ਹੋਣਾ। ਮੈਂ ਤਾਂ ਹਜੇ ਨਹਾਤਾ ਵੀ ਨਹੀਂ ਗਾ, ਮੈਂ ਮੁੰਡਿਆਂ ਨੂੰ ਕਿਹਾ ਸੀ ਮੈਂ 9 ਵਜੇ ਤੁਹਾਡੇ ਕੋਲ ਆ ਜਾਊਂਗਾ, ਮੈਂ ਆਪ ਹੀ ਨਹੀਂ ਨਹਾਤਾ। ਅਤੇ ਚਲੋ ਕਿਹੜਾ ਫੋਨ ਵੀ ਲਾਉਂਦੇ ਹਾਂ ਅਤੇ ਪੈਸੇ ਲੈ ਲਈਏ। ਪੈਸਾ ਦੇ ਦਿਓ। ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ। ਆ ਦੇਖਿਓ ਇਕੱਠੀ ਚਾਰ ਫੋਨਾਂ ਦੇ ਵਲੌਗ ਚਲਾ ਰੱਖੇ ਆ। ਚੱਲ ਚੱਲੀਏ। ਲਓ ਜੀ, ਹੁਣ ਆਪਾਂ ਆਏ ਸੀ ਦੁੱਧ ਲੈਣ, ਦੁੱਧ ਲੈਣ, ਅਤੇ ਯਾਰ ਲੇਟ ਹੋਈ ਜਾਂਦੇ ਤੁਹਾਨੂੰ ਨਾ, ਉੱਥੇ ਜਾ ਕੇ ਘਰ ਆ ਕੇ ਮਿਲਾਂਗੇ ਆਪਾਂ। ਮੈਂ ਮੁੰਡੇ ਨੂੰ ਫੋਨ ਕਰਦਾ ਰੈਲੀ ਖਾਤਰ, ਅਤੇ ਚਲੋ ਘਰ ਆ ਕੇ ਮਿਲ ਤੁਹਾਨੂੰ। ਕੋਈ ਤਾਂ ਖੋਲ ਤੋ। ਹੈਲੋ ਸਾਈਮਨ, ਹੈਲੋ। ਚਲੋ ਯਾਰ ਨਹਾਈਏ, ਤੁਹਾਨੂੰ ਫਿਰ ਮਿਲਦੇ ਹਾਂ। ਸਲੀਹਾ ਕਿੱਧਰ ਗਈ? ਮੇਰਾ ਫੋਨ ਆਈ ਜਾਂਦਾ, ਮੁੰਡੇ ਦਾ ਫੋਨ ਆਈ ਜਾਂਦਾ, ਚੱਕ ਫਿਰ। ਸਲੀਹਾ ਕੀ ਕਰੀ ਜਾਂਦੀ? ਡੈਡੀ ਦਾ ਫੋਨ ਆ। ਹੈਲੋ, ਹਾਂ ਝੰਡੇ ਕਿਹੜੇ? ਅਤੇ ਲਓ ਜੀ, ਹੁਣ ਆਪਾਂ ਚੱਲੇ ਹਾਂ, ਅਤੇ ਵੀਰ ਜੀ ਆਪਣੇ, ਹੈਲੋ ਵੀਰ ਜੀ, ਵੀਰ ਜੀ, ਹੈਲੋ ਵੀਰ ਜੀ, ਬੱਗਾ ਹੀ ਦੇਖਿਆ, ਬੱਗਾ ਹੀ ਕਿਵੇਂ ਖੜਾ। ਆ ਕੀ ਚਾਹ ਚੂਜੀ ਪਾਈ ਪੀ ਹੈ, ਠੰਡ ਚੱਕੀ ਬੈਠੀ ਹੈ, ਫੜ ਕੇ ਰੱਖ ਕੋਈ ਨਾ। ਖੜੋ ਯਾਰ ਬੰਦੇ ਵਾਲੇ, ਇੱਥੇ ਕੈਮਰਾ ਕੀਤਾ ਮੂੰਹ ਤਾਂ ਜਮਾ ਸਾਫ ਦਿਖੀ ਜਾਂਦਾ, ਵੱਧ ਹੀ ਹੁੰਦਾ ਆ ਵੀ ਹੁੰਦੇ ਆ ਦਰਾਂਗੇ।
ਪਿੱਛੇ ਦਰਖਤ ਵੀ ਆਉਂਦੇ ਆ ਦੇਖੀ ਉਹ ਕਿੰਨਾ ਕਵਰ ਹੁੰਦਾ ਇੱਥੇ ਕੁਝ ਸਾਰਾ ਦਿਸੀ ਸੀਟ ਵੀ ਦਿਸੀ ਦੋ ਤਿੰਨ ਦਿਨ ਆਪਾਂ ਨਹੀਂ ਇੱਥੇ ਨੀ ਹੈਗੀ ਆਹ ਅੱਡ ਜਗ੍ਹਾ ਕੀ ਇਹਦੇ ਨਾਲ ਦੀ ਉਹ ਸਾਫ ਆ ਬਿਲਡਿੰਗ ਜਿਵੇਂ ਆਹ ਲਾਈ ਹੋਈ ਆ ਹਨਾ ਉਹ ਜਮਾ ਸਾਫ ਆ ਪੀਲੇ ਰੰਗ ਦੀ ਉਹ ਤੁਸੀਂ ਕੱਟ ਚੈੱਕ ਕਰੋ ਬਾਕੀ ਗੱਲਾਂ ਦੀ ਗੱਲਾਂ ਜਦੋਂ ਮਰਜ਼ੀ ਵਗ ਜਾ ਦੇਖ ਲਓ ਕੱਠ ਹੀ ਕੱਠ ਪਿਆ ਮੈਂ ਤਾਂ ਕੁਛ ਹੋਈ ਨਹੀਂ ਬਾਈ ਡੰਗਲ ਚ ਆ ਕੀ ਹੋ ਗਿਆ ਨੈਟ ਡਾਊਨ ਨਹੀਂ ਰਿਹਾ ਯਾਰ ਕੀ ਆ ਸਾਰਾ ਨੈਟ ਮੈਂ ਕੱਟ ਰੱਖਿਆ ਸਾਡੀ ਡਿਸਪਲੇ ਕਿਤੇ ਸਮੂਥ ਹੀ ਹੈ ਤੇ ਕਾਰਡ ਸਮੂਥ ਆ ਕੈਂਡ ਲਾ ਦੂੰ ਜਸਟ ਦਾ ਜਾਣੀ ਵਾਲਾ ਪਬਜੀ ਪਬਜੀ ਵਾਲਾ ਕੱਟਣ ਦਾ ਨਜ਼ਾਰਾ ਇਹੋ ਜਿਹਾ ਗਾਰਡ ਚੜਵਾਓ ਯਾਨੀ ਲੜਦੇ ਬਸ ਫੋਨ ਹੀ ਬਦਲ ਦੇਣਾ ਥੋੜਾ ਟਾਈਮ ਹੀ ਆਣਾ ਲਓ ਜੀ ਹੁਣ ਆਪਾਂ ਕਹਿੰਦੇ ਜਾਈ ਜਾਂਦੇ ਹਾਂ ਇਹਨਾਂ ਦੇ ਫੋਨ ਹੀ ਲੋੜ ਆਉਂਦੇ ਸਾਈਡਾ ਹੋ ਗਈ ਆਹ ਦੇਖ ਲਓ ਆਹ ਬੈਠਾ ਹੀ ਆ ਉਹ ਸੁੱਤਾ ਪਿਆ ਭਾਅ ਜੀ ਉੱਧਰ ਭਾਅ ਜੀ ਸੁੱਤਾ ਪਿਆ ਮੈਂ ਉੱਧਰ ਦੀ ਗੱਲ ਕਰ ਆਇਆ ਉਹ ਬੈਠਾ ਡੈਡੀ ਵੀ ਬੈਠਾ ਬਸ ਜੀ ਹਾਂ ਬਾਈ ਲੋ ਬਾਈ ਤੈਨੂੰ ਪੜਾਈ ਜਾਂਦੇ ਤੂੰ ਤੂੰ ਕਿਹਨੂੰ ਜਾਣਦਾ ਇੱਥੇ ਮੈਂ ਸਾਰਿਆਂ ਨੂੰ ਜਾਣਦਾ ਆ ਦੇਖ ਲੋ ਕਿੰਨਾ ਕੰਮ ਮੱਲੇ ਆ ਮੈਂ ਦੇਖ ਮੇਰੇ ਗਨਮੈਨ ਉਹ ਤੇਰੇ ਇੱਧਰ ਆ ਜਾਓ ਉਹ ਲੱਭ ਨਹੀਂ ਰਹੇ ਨਾ ਤੂੰ ਥੋੜਾ ਜਿਹਾ ਰੰਗ ਦਾ ਸਾਫ ਲਾ ਇੱਧਰ ਹੋ ਜਾ ਦੇਖ ਲਾ ਪੀਆਰ ਟੀਸੀ ਤੂੰ ਥੋੜਾ ਰੰਗ ਦਾ ਸਾਫ ਲਾ ਦਿਸ ਨਹੀਂ ਰਿਹਾ ਤੇ ਹੈ ਓਏ ਹੈ ਸੇਵ ਕੀ ਵਰਦੀ ਵੀ ਉਹਨਾਂ ਵਾਲੀ ਪਾਈ ਫਿਰਦਾ ਆਹੋ ਤੇ ਹੈ ਤੂੰ ਉਹਨਾਂ ਨਾਲ ਮਿਲ ਜਾ ਗਿਆ ਨਾ ਪੈਂਟ ਜੀ ਪਾ ਕੇ ਤਾਂ ਹੀ ਨਹੀਂ ਪਛਾਣਿਆ ਤੈਨੂੰ ਉਹਨਾਂ ਨੇ ਇੱਕ ਤਰ੍ਹਾਂ ਰੰਗੀ ਵਾਲਾ ਕੋਟਾ ਦੂਰੇ ਚੱਕ ਪੈਂਦੀ ਆ ਸੂਰਜ ਵੀ ਕਹੀ ਜਾਂਦਾ ਕੌਣ ਆ ਗਿਆ ਆਹੋ ਖਾਖੀ ਬੂਟ ਪਾਈ ਬੈਠਾ ਨਾਲ ਦੇ ਵਰਦੀ ਬਣਾਈ ਬੈਠਾ ਬਸ ਲੱਤਾਂ ਚੌੜੀ ਲੱਤਾਂ ਚੌੜੀ ਕਰਕੇ ਤੁਰਦਾ ਲੱਤਾਂ ਚੌੜੀਆਂ ਬਾਈ ਕੱਲ ਲੈਗ ਲੱਗ ਗਏ ਉਹਦਾ ਲਾਉਣੀ ਸੀ ਪਰ ਹੌਲੀ ਘੱਟ ਲਾਇਆ ਕਰੋ ਵੇਟ ਪਹਿਲੀ ਵਾਰ ਨੇੜੇ ਮੈਨੂੰ ਲੱਗਾ ਲੱਗ ਗਿਆ ਹੋਊ ਪਤਾ ਨਹੀਂ ਪਤਾ ਕਿੱਥੇ ਵਗ ਜੇ ਪੈਸੇ ਲੱਗਣਗੇ ਪਰ ਪੈਸੇ ਆਪਣੇ ਕੋਲ
ਬਹੁਤ ਖਾਧੇ ਆ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਘੜੀ ਦੇ ਨਾ ਮਾਰੇ ਕੋਈ ਆਪਾਂ ਵੀ ਚੱਕੋ ਝੰਡਾ ਚੱਕੋ ਸਹੀ ਗੱਲ ਝੰਡਾ ਚੱਕੋ ਜਾਂ ਤੇਲ ਪਵਾ ਲਿਆ ਆਪਦੇ ਯਾਰ ਦੇਖੋ ਬੋੜੀ ਬੋਰਡ ਕੀਤੇ ਪਏ ਬੋੜੀ ਬੋਰਡ ਚੌਂਕ ਜਿਹਾ ਬੋਰਡ ਨਾ ਭਰਿਆ ਪਿਆ ਕਿੱਧਰ ਜਾਣਾ ਇੱਧਰ ਦੇਖੀ ਹੋਏ ਖੁਰਕਰੇ ਕਿੱਥੇ ਰੱਖੇ ਹੋਏ ਆ ਪਾਣੀ ਆ ਜਾਓ ਕਿਵੇਂ ਚੌਂਕ ਆ ਜਾਂਦੇ ਮੁੜ ਜਾਂਦੇ ਹਰੇਕ ਸੇਬਾਂ ਜਿਹੜੀਆਂ ਵੀ ਦੇਖਦਾ ਊਂ ਹੀ ਲਾ ਦੇ ਦੇਖਦਾ ਛੱਡ ਕੇ ਆਇਆ ਗਾਈਸ ਦੇਖ ਲੋ ਹਾਂ ਦੀਦੇ ਨੀ ਹਨ ਤਾਂ ਭਗਵਾਨ ਮਾਨ ਭਗਵਾਨ ਮਾਨ ਕਿੱਥੇ ਜਾਏ ਭਗਵਾਨ ਮਾਨ ਛੱਡ ਕੇ ਜਾਂਦਾ ਇਹੀ ਛੱਡ ਕੇ ਗਿਆ ਭਗਵੰਤ ਮਾਨ ਗੱਡੀ ਤੇ ਵੀ ਆ ਭਗਵੰਤ ਮਾਨ ਦੇ ਆਇਆ ਭਗਵੰਤ ਹੋਰ ਐ ਚਲਾ ਕੇ ਮਾਰਦੇ ਐ ਮਾਰਾਂ ਚਲਾ ਕੇ ਹੁੰਦੇ ਕਰ ਲਾਂਗੇ ਨਾ ਨਾ ਮਾਣ 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 ਜਿੰਦਾ ਹੁਣ ਤਾਂ ਲੱਤਾਂ ਤੋਂ ਹਟ ਗਈਆਂ ਫੋਨ ਲਾ ਦਿਆ ਨਾ ਜਿੰਨੀਆਂ ਲੱਗਦੀਆਂ ਖਾਣ ਨੂੰ ਕੁਛ ਨੀ ਆ ਮਿਲਿਆ ਹੁਣ ਮਸਾ ਹੀ ਮਿਲਿਆ ਹੈ ਉਹ ਕਹਿੰਦੇ ਮਸਾ ਹੀ ਮਿਲਿਆ ਜਾਣਾ ਮੈਂ ਮਸਾ ਹੀ ਮਿਲਿਆ ਆਂਟੀ ਜੀ ਕਹਿੰਦੀ 15 ਦੇ ਕਿੰਨੇ ਹੋ ਗਏ ਮੈਂ ਆਂਟੀ ਸਿੱਧਾ 150 ਬਣਦਾ ਗਿਆ ਹੁਣ ਕਿਉਂਕਿ ਬੱਸਾਂ ਉਧਰੋਂ ਵੀ ਆਉਂਦੀਆਂ ਵਾ ਇਧਰੋਂ ਵੀ ਆਉਂਦੀਆਂ ਬੱਸਾਂ ਬੱਸਾਂ ਦਾ ਜਾਮ ਲੱਗ ਚੁੱਕਿਆ ਗਾਈਸ ਕਹੀਏ ਲੋਕਾਂ ਨੂੰ ਗੱਲਾਂ ਆ ਫਸ ਗਏ ਇੱਥੇ ਉਹ ਦੇਖੋ ਤੁਸੀਂ ਗਾਈਸ ਅੰਦਰੋਂ ਵੀ ਦਿਖਾ ਰਹੇ
ਹਾਂ ਬੈਠੇ ਸੀ ਉੱਪਰ ਬਸ ਹਾਂ ਜੀ ਖਾਲੀ ਹੋ ਗਈ ਆਉਂਦੇ ਹੋਏ ਭਰੇ ਸੀਗੇ ਕੋਈ ਮੇਲ ਉਹ ਹੱਥ ਜੋੜੀ ਜਾਂਦੇ ਆ ਮੁੱਖ ਮੰਤਰੀ ਸਾਹਿਬ ਦੋਨੇ ਮੁੱਖ ਮੰਤਰੀ ਲੱਗੇ ਹੋਏ ਆ ਅਸੀਂ ਕਿੰਨਾ ਨੂੰ ਕਹਿਦਾ ਰਸ਼ ਵਾਲਾ ਸੀ ਤੇ ਇੱਕ ਨਾ ਉੱਥੇ ਚੈਂਬਰ ਲੱਗੇ ਹੋਏ ਸੀ ਵੀ ਰੇਂਜ ਕਿਸੇ ਦੀ ਫੋਨ ਦੀ ਹੈ ਨਹੀਂ ਸੀ ਤੇ ਉਸ ਕਰਕੇ ਵੀ ਨਹੀਂ ਫੋਨ ਕੱਢੇ ਆਪਾਂ ਤੇ ਉਦੋਂ ਬਾਅਦ ਊਂ ਦਾ ਤੁਹਾਨੂੰ ਮੂੰਹ ਤਾਂ ਬਣਾਉਣੀ ਦਾ ਉੱਥੇ ਸੀ ਕੈਮਰੇ ਤੋਂ ਬਣਾਉਣੀ ਸੀ ਊਂ ਵੀ ਯਾਰ ਭੀੜ ਬਹੁਤ ਸੀ ਅਤੇ ਫੋਨ ਚੋਰੀ ਹੋਣ ਦਾ ਡਰ ਸੀਗਾ ਅਤੇ ਤਾਂ ਕਰਕੇ ਆਪਾਂ ਘੱਟ ਬਣਾਈ ਆ ਅਤੇ ਕਿਵੇਂ ਲੱਗੀ ਵੀਡੀਓ ਲਾਈਕ ਕਰਕੇ ਦੱਸਿਓ ਅਤੇ ਸ਼ੇਅਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅਤੇ ਮਿਲਦੇ ਹਾਂ ਆਪਾਂ ਅਗਲੇ ਵਲੋਗ ਦੇ ਵਿੱਚ ਟਿਲ ਦੈਨ ਗੁੱਡ ਬਾਏ ਗੁੱਡ ਨਾਈਟ।